ਨੂੰ ਬਲੈਕਆਊਟ ਕੀਤੇ ਜਾਣ ਤੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਜ਼ਾਹਰ ਕੀਤੀ ਹੈਰਾਨੀ ਕਾਰਵਾਈ ਦਾ ਦਿੱਤਾ ਭਰੋਸਾ ਸੰਪਾਦਕ ਦਿਨੇਸ਼ ਸ਼ਰਮਾ ਦੀ ਅਗਵਾਈ ਚ ਰਾਜਪਾਲ ਸੋਲੰਕੀ ਨੂੰ ਪੱਤਰਕਾਰਾਂ ਨੇ ਸੌਂਪਿਆ ਮੰਗ ਪੱਤਰ ਪਟਿਆਲਾ ਵਿੱਚ ਲੋਕਾਂ ਨੇ ਕੇਬਲ ਮਾਫੀਆ ਖਿਲਾਫ ਚੁੱਕੀ ਆਵਾਜ਼ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਵਿੱਚ ਸ਼ੁਰੂ ਹੋਇਆ ਕੇਬਲ ਹਟਾਓ ਡਿਸ਼ ਲਗਾਓ ਅਭਿਆਨ ਲੋਕਾਂ ਨੇ ਵੱਡੇ ਪੱਧਰ ਤੇ ਸ਼ੁਰੂ ਕੀਤਾ ਡਿਸ਼ ਲਗਵਾਉਣਾ ਆਪਣੀ ਬੇਬਾਕੀ ਅਤੇ ਨਿਰਪੱਖਤਾ ਦੇ ਲਈ ਪਛਾਣ ਰੱਖਣ ਵਾਲਾ ਜੀ ਪੰਜਾਬ ਹਰਿਆਣਾ ਹਿਮਾਚਲ ਚੈਨਲ 26 ਹਫ਼ਤਿਆਂ ਤੋਂ ਲਗਾਤਾਰ ਨੰਬਰ 1 ਦਰਸ਼ਕਾਂ ਦੇ ਪਿਆਰ ਅਤੇ ਭਰੋਸੇ ਦੇ ਲਈ ਧੰਨਵਾਦ ਸਾਡਾ ਵਾਅਦਾ ਸੱਚ ਦਿਖਾਉਂਦੇ ਰਹਾਂਗੇ SYL ਦੇ ਸੁਪਰੀਮ ਕੋਰਟ ਵਿੱਚ ਪੂਰੀ ਹੋਈ ਸੁਣਵਾਈ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ ਕੇਂਦਰ ਨੇ ਹਰਿਆਣਾ ਦਾ ਸਮਰਥਨ ਕੀਤਾ SGPC ਵੱਲੋਂ ਸੁਪਰੀਮ ਕੋਰਟ ਵਿੱਚ ਸਹਿਜਧਾਰੀ ਮਸਲੇ ਤੇ ਪਾਈ ਗਈ ਪਟੀਸ਼ਨ ਦੀ ਜਲਦ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ SGPC ਨੇ ਗੁਰਦੁਆਰਾ ਐਕਟ ਵਿੱਚ ਸੋਧ ਹੋਣ ਤੋਂ ਬਾਅਦ 2011 ਦੇ ਜਨਰਲ ਹਾਊਸ ਨੂੰ ਮੀਟਿੰਗ ਕਰਨ ਦੀ ਮੰਗੀ ਸੀ ਇਜਾਜ਼ਤ ਓਪੀ ਧਨਖੜ ਬੋਲੇ ਹਰਿਆਣਾ ਚ ਦੂਜੇ ਸੂਬਿਆਂ ਦੀ ਤਰ੍ਹਾਂ ਨਹੀਂ ਹੈ ਸੋਕੇ ਵਰਗੇ ਹਾਲਾਤ ਹਰਿਆਣਾ ਚ ਸਿੰਜਾਈ ਦੀ ਪੂਰੀ ਵਿਵਸਥਾ ਪੰਜਾਬ ਵਿੱਚ ਫਿਰ ਸਵਾਲਾਂ ਚ ਖਾਕੀ ਬਰਨਾਲਾ ਚ ਪੁਲਿਸ ਕਸਟਡੀ ਵਿੱਚ ਹੀ ਇੱਕ ਨੌਜਵਾਨ ਨੇ ਸਲਫਾਸ ਖਾਧੀ ਨੌਜਵਾਨ ਦੀ ਮੌਤ ਪੰਜਾਬ ਸਰਕਾਰ ਹੁਣ ਗਊਸ਼ਾਲਾਵਾਂ ਦੀ ਸੰਭਾਲ ਦੇ ਲਈ ਹੋਣ ਵਾਲੇ ਖਰਚ ਲਈ ਸ਼ਰਾਬ ਤੇ ਬੀਅਰ ਤੇ ਸੈਸ ਲਗਵਾਉਣ ਦੀ ਤਿਆਰੀ ਚ ਇਸ ਤੋਂ ਪਹਿਲਾਂ ਗਊਸ਼ਾਲਾ ਦੇ ਲਈ ਕੀ ਵਸਤਾਂ ਤੇ ਲੱਗ ਚੁੱਕਾ ਹੈ ਸੈਸ